ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਫੈਸਟਿਵ ਸੀਜ਼ਨ ਹੈ, ਮਤਲਬ ਰੱਖੜੀ ਦਾ ਸੀਜ਼ਨ ਹੈ। ਐਂਡ ਫਾਈਨਲੀ ਮੇਰੇ ਪਿੱਛੇ ਜੋ ਤੁਸੀਂ ਲਾਈਟਿੰਗ ਦੇਖ ਰਹੇ ਹੋ, ਆਈ ਹੋਪ ਤੁਸੀਂ ਇਮੈਜਿਨ ਕਰ ਹੀ ਲਿਆ ਕਿ ਅਸੀਂ ਜਵੈਲਰ ਸ਼ੋਪ 'ਤੇ ਖੜ੍ਹੇ ਹਾਂ। ਸੁੰਦਰ ਜਵੈਲਰ, ਆਈ ਮੀਨ ਕਹਿਣ ਦੀ ਲੋੜ ਤਾਂ ਵੈਸੇ ਹੈ ਨਹੀਂ, ਬਟ ਨਾਮ ਵੀ ਬਹੁਤ ਕਾਫੀ ਹੈ। ਐਂਡ ਸੋਨਾ ਸਾਡੇ ਕੋਲ ਪਿਆ, ਐਂਡ ਸਾਡੇ ਕੋਲ ਸੋਨੇ ਵਰਗੀ ਕੁੜੀ ਵੀ ਪਈ ਹੈ। ਸਤਿ ਸ਼੍ਰੀ ਅਕਾਲ, ਠੀਕ ਹੋ? ਹਾਂਜੀ, ਮੈਂ ਠੀਕ ਹਾਂ। ਮੈਂ ਕਿਹਾ ਜੇ ਗੋਲਡ ਦੀ ਗੱਲ ਹੋਵੇ ਤੇ ਅਫਸਾਨਾ ਨਾ ਹੋਵੇ, ਏਦਾਂ ਕਦੀ ਹੋ ਸਕਦਾ ਹੈ? ਹਾਂਜੀ। ਐਂਡ ਫਾਈਨਲੀ ਅਫਸਾਨਾ, ਕਿਉਂਕਿ ਸਪੈਸ਼ਲੀ ਇੱਕ ਤਾਂ ਚਲੋ ਫੈਸਟੀਵ ਸੀਜ਼ਨ ਹੈ ਰੱਖੜੀ ਦਾ, ਐਂਡ ਗੋਲਡ ਦੇ ਕੋਲੇ ਤੁਹਾਨੂੰ ਦੇਖ ਰਹੇ ਹਾਂ, ਤਾਂ ਆਪਣੇ ਆਪ ਮਰਜ਼ਾ ਦੱਸ ਦਿਓ ਕਿ ਐਤਕੀ ਕੀ ਗਿਫਟ ਤੁਸੀਂ ਖੁਦਾ ਬਖਸ਼ ਨੂੰ ਕਰ ਰਹੇ ਹੋ, ਐਂਡ ਵੈਸੇ ਕੀ ਲੈ ਰਹੇ ਹੋ? ਪਹਿਲਾਂ ਤਾਂ ਮੈਂ ਦੱਸਦਾ ਕਿ ਸਾਰਿਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ, ਅਤੇ ਮੈਂ ਹਮੇਸ਼ਾ ਆਉਂਦੀ ਹਾਂ ਜੀ ਸੁੰਦਰ ਜਵੈਲਰ, ਅਤੇ ਮੇਰੀ ਫੇਵਰੇਟ ਸ਼ੋਪਸ ਨੇ, ਫੇਵਰੇਟ ਭਾਅ ਜੀ ਨੇ ਹਰਜਿੰਦਰ ਭਾਅ ਜੀ ਔਰ ਸਾਰੀ ਟੀਮ, ਅਤੇ ਤੁਸੀਂ ਵੀ ਸਾਰੇ ਜਾਣੇ ਗੋਲਡ ਇੱਥੋਂ ਖਰੀਦੋ, ਕਿਉਂਕਿ ਬਹੁਤ ਅੱਛੀ ਕੁਆਲਿਟੀ ਹੈ ਔਰ ਉਨੇ ਅੱਛੇ ਇਨਸਾਨ ਨੇ। ਅਤੇ ਗਿਫਟ ਦੀ ਗੱਲ ਇਹ ਹੈ ਕਿ ਗਿਫਟ ਬ੍ਰਦਰ ਦਾ ਫੋਨ ਆ ਗਿਆ ਬਾਹਰੋਂ, ਵੀ ਜੋ ਵੀ ਲੈਣਾ ਲੈ ਲਾ, ਅਤੇ ਮੈਂ ਅੱਜ ਦੇਖਣ ਆਈ ਸੀਗੀ, ਅਤੇ ਬਸ ਸਾਰੇ ਤੁਸੀਂ ਵੀ ਭੈਣ ਭਰਾ ਆਪਣੇ ਆਪ ਨੂੰ ਗੋਲਡ ਦਾ ਗਿਫਟ ਦਿਓ ਤਾਂ ਵਧੀਆ ਰਹੇਗਾ, ਕਿਉਂਕਿ ਅੱਗੇ ਅੱਗੇ ਹੋਰ ਮਹਿੰਗਾ ਹੋ ਰਿਹਾ, ਸ਼ਾਇਦ ਇਸ ਤੋਂ ਅਗਲੀ ਰੱਖੜੀ ਹੋਵੇ, ਪਤਾ ਨਹੀਂ ਕਿੰਨੇ 'ਤੇ ਲੈ ਕੇ ਜਾਣਗੇ ਭਾਅ ਜੀ, ਤਾਂ ਹੁਣ ਫਿਰ ਵੀ ਥੋੜ੍ਹਾ ਠੀਕ ਹੈ ਪ੍ਰਾਈਸ, ਅਤੇ ਤੁਸੀਂ ਸਾਰੇ ਜਾਣੇ ਜ਼ਰੂਰ ਬਾਏ ਕਰੋ ਅਤੇ ਅੱਛਾ ਲੱਗੇਗਾ। ਮੰਨੀ ਜਾਂਦੀ ਹੈ ਨਾ ਰੱਖੜੀ ਦਾ ਤਿਉਹਾਰ ਹੋਵੇ ਨਾ, ਮਤਲਬ ਕਿ ਕਹਿੰਦੇ ਨੇ ਭਰਾ ਦਾ ਭੈਣ ਵਾਸਤੇ ਅਤੇ ਭੈਣ ਦਾ ਭਰਾ ਵਾਸਤੇ ਦੋਨੋਂ ਕਦੀ ਇੱਕ ਦੂਜੇ ਨੇ ਤਰਸ ਨਹੀਂ ਖਾਂਦੇ ਹੈਗੇ, ਭਾਵੇਂ ਐਕਸਪੈਂਸਿਵ ਗਿਫਟ ਜਿੰਨਾ ਮਰਜ਼ੀ ਹੋਵੇ, ਉਹ ਕਹਿੰਦੇ ਵੀ ਮੈਂ ਤੇਰੇ 'ਤੇ ਜਮੀਨ ਤਰਸ ਖਾਣਾ, ਤੂੰ ਇਹ ਲੈ ਕੇ ਦੇਣਾ ਤਾਂ ਮੈਨੂੰ ਲੈ ਕੇ ਦੇਣਾ ਹੀ ਆ। ਖੁਦਾ ਬਖਸ਼ ਵੱਲੋਂ ਕੀ ਆਇਆ ਕਿ ਬ੍ਰੈਸਲੇਟ ਆਈ ਹੈ ਜਾਂ ਯੂਨੋ ਚੇਨ ਆਈ ਆ ਜਾਂ ਕੀ ਆਇਆ, ਉਹਦੀ ਆਪਣੀ ਕੋਈ ਡਿਮਾਂਡ ਆਈ ਹੈ ਕਿ ਅਫਸਾਨਾ ਦੀ ਮੈਨੂੰ ਤਾਂ ਇਹ ਲੈ ਕੇ ਦਿਓ? ਨਹੀਂ, ਉਹਦੀ ਉਹ ਵਿਚਾਰਾ ਡਿਮਾਂਡਸ ਰੱਖਦਾ ਨਹੀਂ ਆ, ਬਟ ਮੇਰਾ ਹੀ ਅੰਦਰੋਂ ਦਿਲ ਹੁੰਦਾ ਕਿ ਮੈਂ ਆਪਣੇ ਜਦੋਂ ਵੀ ਕਿਸੇ ਵੀ ਪਰਿਵਾਰ ਨੂੰ ਕੋਈ ਤੋਹਫਾ ਦੇਵਾਂ ਤਾਂ ਜ਼ਰੂਰ ਕੋਈ ਨਾ ਕੋਈ ਵਧੀਆ ਚੀਜ਼ ਹੋਵੇ ਜਿਹੜੀ ਉਹ ਯੂਜ਼ ਕਰਨ, ਤਾਂ ਮੋਸਟਲੀ ਗੋਲਡ ਹੀ ਹੁੰਦਾ, ਅਤੇ ਮੈਂ ਉਹਦੇ ਲਈ ਗੋਲਡ ਦੀ ਰੱਖੜੀ ਦੇਖ ਰਹੀ ਹਾਂ, ਅਤੇ ਬਾਕੀ ਉਹ ਬਾਹਰ ਵੀ ਹੈ ਇਸ ਟਾਈਮ, ਅਤੇ ਬਸ ਇਹੀ ਹੈ ਕਿ ਤੁਸੀਂ ਵੀ ਆਪਣੇ ਭਰਾਵਾਂ ਨੂੰ ਗੋਲਡ ਦੀ ਰੱਖੜੀ ਪਾਓ, ਅਤੇ ਅੱਛਾ ਅੱਛਾ ਕੈਸ਼ ਜਾਂ ਗੋਲਡ ਦਾ ਗਿਫਟ ਹੀ ਉਹਨਾਂ ਤੋਂ ਲਿਓ, ਅਤੇ ਫਿਰ ਉਹ ਜਿਹੜਾ ਬਾਏਗਾ ਨਾ ਸੁੰਦਰ ਜਵੈਲਰ ਦੇ, ਤੁਸੀਂ ਆਓ, ਕੈਸ਼ ਉਹਨੇ ਲਿਓ ਜਿੰਨੇ ਤੁਹਾਡਾ ਸੋਨੇ ਦਾ ਕੁਛ ਆ ਸਕੇ। ਬਟ ਭਾਜੀ ਮੈਂ ਤੁਹਾਡੇ ਕੋਲ ਇੱਕ ਚੀਜ਼ ਪੁੱਛਣਾ ਚਾਹੁੰਦਾ ਵੀ ਜਿਵੇਂ ਗੋਲਡਨ ਗਰਲ ਕੋਲ ਬੈਠੀ ਹੈ ਨਾ, ਅਤੇ ਕਈ ਵਾਰ ਨਾ ਜਿਹੜੀ ਕੁੜੀ ਨੂੰ ਸੋਨਾ ਸਭ ਤੋਂ ਜ਼ਿਆਦਾ ਪਸੰਦ ਹੋਵੇ ਨਾ, ਤਾਂ ਅਸੀਂ ਨਾ ਸਪੈਸ਼ਲੀ ਜਾਣ ਜਾਣ ਕੇ ਨਾ ਸੋਨਾ ਜਾਂ ਡਾਇਮੰਡ ਇੱਦਾਂ ਹੀ ਚੀਜ਼ਾਂ ਦਿਖਾਉਂਦੇ ਹਾਂ, ਹੈ ਨਾ, ਮਤਲਬ ਵੱਧ ਤੋਂ ਵੱਧ ਵਧੀਆ ਵੈਰਾਇਟੀਜ਼ ਦਿਖਾਉਂਦੇ ਹਾਂ, ਤਾਂ ਜਦੋਂ ਅਫਸਾਨਾ ਕੋਲ ਬੈਠੇ ਆ ਤੁਹਾਡੇ ਦਿਲ 'ਚ ਕੀ ਆ ਰਿਹਾ ਕਿ ਭਾਈ ਇਹਨਾਂ ਨੂੰ ਵੱਧ ਤੋਂ ਵੱਧ ਸੋਨਾ ਦਿਖਾ ਦਿਓ? ਬਸ ਨਹੀਂ, ਵੱਧ ਤੋਂ ਵੱਧ ਦਿਖਾਉਣਾ ਹੈ, ਵੱਧ ਤੋਂ ਵੱਧ ਦੇਣਾ, ਅਤੇ ਵੱਧ ਤੋਂ ਵੱਧ ਪਵਾਉਣਾ ਉਹਨਾਂ ਨੂੰ ਸੋਨਾ, ਐਵੇਂ ਥੋੜ੍ਹਾ ਉਹਨਾਂ ਨੂੰ ਗੋਲਡਨ ਕੁਈਨ ਕਿਹਾ ਜਾਂਦਾ ਹੈਗਾ ਉਹਨਾਂ ਨੂੰ, ਅਤੇ ਅਸੀਂ ਹਮੇਸ਼ਾ ਇਹਨਾਂ ਵਾਸਤੇ ਹਰ ਚੱਕਰ ਜਦੋਂ ਵੀ ਆਉਂਦੇ ਹਾਂ ਅਸੀਂ ਇਹਨਾਂ ਵਾਸਤੇ ਨਵੇਂ ਤੋਂ ਨਵੇਂ ਡਿਜ਼ਾਈਨ ਲੈਂਦੇ ਹਾਂ ਹਮੇਸ਼ਾ, ਤਾਂ ਕਿ ਹਰ ਚੱਕਰ ਕੁਛ ਇਹਨਾਂ ਨੂੰ ਨਵਾਂ ਪਵਾਈਏ ਕੁਛ, ਕਦੀ ਚੇਨ, ਕਦੀ ਬ੍ਰੇਸਲੈਟ, ਕਈ ਵਾਰ ਤਾਂ ਇਹ ਸਾਡੇ ਕੋਲ ਨਵੇਂ ਤੋਂ ਨਵੇਂ ਆਈਡੀਆ ਲੈ ਕੇ ਆਉਂਦੇ ਹੈ ਕਿ ਇਹ ਚੀਜ਼ ਹੁਣ ਬਣਾ ਕੇ ਦਿਓ, ਫਿਰ ਇਹਨਾਂ ਦੇ ਆਈਡੀਆ ਅਸੀਂ ਇਹਨਾਂ ਕੋਲ ਲੈ ਕੇ, ਬਹੁਤ ਫਾਇਦਾ ਹੁੰਦਾ ਨਾ ਜਵੈਲਰੀ ਸ਼ੋਪ ਨੂੰ ਸਾਨਾ, ਇਹ ਵੀ ਤੁਹਾਨੂੰ ਕ੍ਰੈਡਿਟ ਜਾਂਦਾ, ਜਿਹੜਾ ਵੀ ਆਈਡੀਆ ਮੈਂ ਪਲੱਸ ਪੁਆਇੰਟ ਇਹਨਾਂ ਦਾ ਦੇਦਾ ਉਹ ਐਜ਼ ਇਟ ਇਜ਼, ਅਤੇ ਉਸ ਤੋਂ ਬੈਸਟ ਬਣਾ ਕੇ ਦਿੰਦੇ ਆ। ਐਂਡ ਇੱਕ ਚੀਜ਼ ਹੋਰ ਆ, ਜਦੋਂ ਤੁਹਾਡਾ ਬ੍ਰਦਰ ਬਾਹਰ ਹੋਵੇ ਨਾ, ਜਸਟ ਮੈਂ ਇੱਕ ਲਾਸਟ ਕੁਸ਼ਚਨ ਪੁੱਟ ਕਰਨਾ ਚਾਹੂੰਗਾ, ਉਸ ਤੋਂ ਬਾਅਦ ਤੁਸੀਂ ਆਪਣੀ ਸ਼ੋਪਿੰਗ ਕੰਟੀਨਿਊ ਕਰਿਓ, ਜਦੋਂ ਬ੍ਰਦਰ ਬਾਹਰ ਹੋਵੇ ਤਾਂ ਡੈਫੀਨੇਟਲੀ ਦਿਲ 'ਚ ਆਉਂਦਾ ਯਾਰ ਕਿ ਤੂੰ ਬਾਹਰ ਕਿਉਂ ਹੈ, ਇੱਥੇ ਹੁੰਦਾ ਤਾਂ ਕਾਸ਼ ਕਿਤੇ ਨਾ ਕਿਤੇ ਗੱਲ ਹੋਰ ਹੁੰਦੀ ਹੈ ਨਾ, ਕਿਉਂਕਿ
ਸਾਹਮਣੇ ਰੱਖੜੀ ਬੰਨਣਾ ਤੇ ਰੱਖੜੀ ਭੇਜਣਾ ਦੋਵਾਂ ਚ ਫਰਕ ਹੈ। ਇਸ ਚੀਜ਼ ਦਾ ਸਾਨੂੰ ਫੀਲ ਹੁੰਦਾ ਕਿ ਖੁਦਾ ਬਖਸ਼ਾ ਜੀ ਹੈ ਨਹੀਂ ਕੋਲ। ਹਾਂਜੀ ਇਹਦਾ ਫਰਕ, ਮੈਂ ਜਿੱਦਾਂ ਜਿੱਦਾਂ ਨੇੜੇ ਆ ਰਹੀ ਰੱਖੜੀ ਦਾ ਉਦੋਂ ਮੈਨੂੰ ਫੀਲ ਹੋ ਰਿਹਾ, ਮੈਂ ਕਹਿੰਦੀ ਮੈਂ ਕਿੱਦਾਂ ਬੰਨੂਗੀ। ਮੈਂ ਰਾਤੀ ਮੈਨੂੰ ਖਿਆਲ ਆ ਰਿਹਾ ਸੀ ਮੈਂ ਕਹੂੰਗੀ ਫੋਨ ਦੇ ਵਿੱਚ ਹੱਥ ਬਾਹਰ ਕੱਢ ਤੇ ਮੈਂ ਬੰਨਾ ਰੱਖੜੀ। ਲਾਈਕ ਇਸ ਚੀਜ਼ ਦਾ ਹੈਗਾ ਕਿਉਂਕਿ ਉਹ ਪਿਛਲੇ 2-3 ਸਾਲਾਂ ਤੋਂ ਬਾਹਰ ਹੀ ਆ ਤੇ ਬਟ ਬਸ ਠੀਕ ਹੈ, ਬਾਹਰ ਆ, ਖੁਸ਼ ਆ, ਹੱਸਦਾ ਰਹੇ, ਵੱਸਦਾ ਰਹੇ। ਦੁਆ ਹੁੰਦੀ ਹੈ ਭੈਣ ਦੀ, ਸੋ ਉਹ ਹਮੇਸ਼ਾ ਮੇਰੀ ਦੁਆ ਉਹਦੇ ਨਾਲ।